ਚੰਡੀਗੜ੍ਹ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮਨੀਸ਼ ਤਿਵਾੜੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ 40 ਅਹੁਦੇਦਾਰਾਂ ਨੇ ਜਾਂ ਕਹਿ ਦਈਏ ਕਿ 40 ਜਿਹੜੇ ਕਾਂਗਰਸ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਚੰਡੀਗੜ੍ਹ ਸੀਟ ਦੇ ਉਮੀਦਵਾਰ ਦੇ ਐਲਾਨਣ ਤੋਂ ਬਾਅਦ ਹੁਣ ਹਲਚਲ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਉਹਨਾਂ 40 ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਜੋ ਕਿ ਪਵਨ ਬੰਸਲ ਦੇ ਨਜ਼ਦੀਕ ਦੱਸੇ ਜਾ ਰਹੇ ਨੇ ਕਿਉਂਕਿ ਪਹਿਲਾਂ ਉਮੀਦ ਜਤਾਈ ਜਾ ਰਹੀ ਸੀਗੀ ਕਿ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਜਿਹੜੀ ਹੈ ਪਵਨ ਬੰਸਲ ਨੂੰ ਟਿਕਟ ਦੇ ਸਕਦੀ ਹੈ, ਉਹਨਾਂ ਨੂੰ ਮੌਕਾ ਦੇ ਸਕਦੀ ਹੈ ਚੋਣ ਲੜਨ ਦਾ, ਪਰ ਉਸ ਤੋਂ ਬਾਅਦ ਜਦੋਂ ਹੀ ਉਮੀਦਵਾਰ ਦਾ ਐਲਾਨ ਹੁੰਦਾ ਹੈ ਤਾਂ ਪਾਸਾ ਪਲਟ ਜਾਂਦਾ ਹੈ, ਮਨੀਸ਼ ਤਿਵਾੜੀ ਨੂੰ ਟਿਕਟ ਮਿਲ ਜਾਂਦੀ ਹੈ ਅਤੇ ਪਵਨ ਬੰਸਲ ਦੀ ਟਿਕਟ ਜਿਹੜੀ ਹੈ ਉਹ ਕੱਟੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਵੱਲੋਂ ਜੋ 40 ਅਹੁਦੇਦਾਰਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਉਹਨਾਂ ਦੀ ਮੰਗ ਸੀਗੀ ਹਾਈ ਕਮਾਂਡ ਦੇ ਅੱਗੇ ਕਿ ਪ੍ਰਧਾਨ ਲੱਕੀ ਨੂੰ ਜਿਹੜਾ ਉਹਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ, ਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੱਕੀ ਜਿਹੜਾ ਆ ਉਹ ਪਾਰਟੀ ਨੂੰ ਹਰਾਉਣ ਦਾ ਕੰਮ ਕਰ ਰਿਹਾ ਹੈ ਅਤੇ ਅਸੀਂ ਉਦੋਂ ਤੱਕ ਮਨੀਸ਼ ਤਿਵਾੜੀ ਲਈ ਜਾਂ ਉਹਨਾਂ ਦੇ ਹੱਕ ਦੇ ਲਈ ਕੰਮ ਨਹੀਂ ਕਰਾਂਗੇ ਜਦੋਂ ਤੱਕ ਪ੍ਰਧਾਨ ਲੱਕੀ ਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਜਿਸ ਤੋਂ ਬਾਅਦ ਫਿਰ 40 ਅਹੁਦੇਦਾਰਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਅਹੁਦੇਦਾਰਾਂ ਦੇ ਵੱਲੋਂ। ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹਨਾਂ 40 ਆਗੂਆਂ ਨੇ ਅੱਜ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਵੀ ਸ਼ਾਮਿਲ ਹਨ। ਮਨੀਸ਼ ਤਿਵਾੜੀ ਦੇ ਸਵਾਗਤੀ ਸਮਾਗਮ ਦੇ ਵਿੱਚ ਨਹੀਂ ਆਏ ਇਹ ਆਗੂ। ਨਾਲ ਦੇ ਨਾਲ ਦੱਸ ਦਈਏ ਕਿ ਇਹ 40 ਆਗੂ ਸੋਮਵਾਰ ਨੂੰ ਕਰਵਾਏ ਮਨੀਸ਼ ਤਿਵਾੜੀ ਦੇ ਸਵਾਗਤ ਸਮਾਰੋਹ ਦੇ ਵਿੱਚ ਵੀ ਨਹੀਂ ਆਏ, ਭਾਵੇਂ ਪਾਰਟੀ ਨੇ ਇਹਨਾਂ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਪਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਵੀ ਇਸ ਸਵਾਗਤੀ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਏ, ਜਿਨ੍ਹਾਂ ਨੂੰ ਤਿਵਾੜੀ ਵੱਲੋਂ ਨਿੱਜੀ ਤੌਰ ਤੇ ਸੱਦਿਆ ਗਿਆ ਸੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ, ਅਜਿਹੇ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ। ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਜਿਹੜਾ ਮਨੀਸ਼ ਤਿਵਾੜੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਕਾਫੀ ਜ਼ਿਆਦਾ ਭਰਵਾਂ ਸਵਾਗਤ ਕੀਤਾ ਗਿਆ ਸੀ, ਢੋਲ ਦੀ ਥਾਪ ਦੇ ਉੱਤੇ ਕਾਂਗਰਸ ਨੱਚਦੇ ਹੋਏ ਨਜ਼ਰ ਆਏ ਸੀਗੇ, ਗੁਲਦਸਤੇ ਦਿੱਤੇ ਗਏ, ਫੁੱਲਾਂ ਦੀ ਵਰਖਾ ਕੀਤੀ ਗਈ ਮਨੀਸ਼ ਤਿਵਾੜੀ ਉਹਨਾਂ ਦੇ ਉੱਤੇ, ਪਰ ਇਹ 40 ਆਗੂ ਤੇ ਹੋਰ ਪਵਨ ਕੁਮਾਰ ਬੰਸਲ ਜਿਹੜੇ ਨੇ ਉਹ ਉੱਥੇ ਨਜ਼ਰ ਨਹੀਂ ਆਏ ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਹੁਣ ਜਿਹੜਾ ਆ ਤਣਾਅ ਦੇਖਿਆ ਜਾ ਸਕਦਾ, ਜਾਂ ਕਹਿ ਦਈਏ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਹੈ ਉਹ ਅਜਿਹੇ ਹਾਲਾਤ ਬਣ ਚੁੱਕੇ ਨੇ ਕਿ ਜਿੱਥੇ ਕੁਰਸੀ ਨੂੰ ਲੈ ਕੇ ਜਾਂ ਕਹਿ ਦਈਏ ਕਿ ਉਮੀਦਵਾਰ ਦੇ ਨਾਮ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਰੋਸ ਕਾਂਗਰਸ ਪਾਰਟੀ ਦੇ ਅੰਦਰ ਦਿਖਾਈ ਦੇ ਰਿਹਾ। ਚੰਡੀਗੜ੍ਹ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮਨੀਸ਼ ਤਿਵਾੜੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ 40 ਅਹੁਦੇਦਾਰਾਂ ਨੇ ਜਾਂ ਕਹਿ ਦਈਏ ਕਿ 40 ਜਿਹੜੇ ਕਾਂਗਰਸ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਚੰਡੀਗੜ੍ਹ ਸੀਟ ਦੇ ਉਮੀਦਵਾਰ ਦੇ ਐਲਾਨਣ ਤੋਂ ਬਾਅਦ ਹੁਣ ਹਲਚਲ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਉਹਨਾਂ 40 ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਜੋ ਕਿ ਪਵਨ ਬੰਸਲ ਦੇ ਨਜ਼ਦੀਕ ਦੱਸੇ ਜਾ ਰਹੇ ਨੇ ਕਿਉਂਕਿ ਪਹਿਲਾਂ ਉਮੀਦ ਜਤਾਈ ਜਾ ਰਹੀ ਸੀਗੀ ਕਿ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਜਿਹੜੀ ਹੈ ਪਵਨ ਬੰਸਲ ਨੂੰ ਟਿਕਟ ਦੇ ਸਕਦੀ ਹੈ, ਉਹਨਾਂ ਨੂੰ ਮੌਕਾ ਦੇ ਸਕਦੀ ਹੈ ਚੋਣ ਲੜਨ ਦਾ, ਪਰ ਉਸ ਤੋਂ ਬਾਅਦ ਜਦੋਂ ਹੀ ਉਮੀਦਵਾਰ ਦਾ ਐਲਾਨ ਹੁੰਦਾ ਹੈ ਤਾਂ ਪਾਸਾ ਪਲਟ ਜਾਂਦਾ ਹੈ, ਮਨੀਸ਼ ਤਿਵਾੜੀ ਨੂੰ ਟਿਕਟ ਮਿਲ ਜਾਂਦੀ ਹੈ ਅਤੇ ਪਵਨ ਬੰਸਲ ਦੀ ਟਿਕਟ ਜਿਹੜੀ ਹੈ ਉਹ ਕੱਟੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਵੱਲੋਂ ਜੋ 40 ਅਹੁਦੇਦਾਰਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਉਹਨਾਂ ਦੀ ਮੰਗ ਸੀਗੀ ਹਾਈ ਕਮਾਂਡ ਦੇ ਅੱਗੇ ਕਿ ਪ੍ਰਧਾਨ ਲੱਕੀ ਨੂੰ ਜਿਹੜਾ ਉਹਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ, ਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੱਕੀ ਜਿਹੜਾ ਆ ਉਹ ਪਾਰਟੀ ਨੂੰ ਹਰਾਉਣ ਦਾ ਕੰਮ ਕਰ ਰਿਹਾ ਹੈ ਅਤੇ ਅਸੀਂ ਉਦੋਂ ਤੱਕ ਮਨੀਸ਼ ਤਿਵਾੜੀ ਲਈ ਜਾਂ ਉਹਨਾਂ ਦੇ ਹੱਕ ਦੇ ਲਈ ਕੰਮ ਨਹੀਂ ਕਰਾਂਗੇ ਜਦੋਂ ਤੱਕ ਪ੍ਰਧਾਨ ਲੱਕੀ ਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਜਿਸ ਤੋਂ ਬਾਅਦ ਫਿਰ 40 ਅਹੁਦੇਦਾਰਾਂ ਦੇ ਵੱਲੋਂ
ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਅਹੁਦੇਦਾਰਾਂ ਦੇ ਵੱਲੋਂ। ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹਨਾਂ 40 ਆਗੂਆਂ ਨੇ ਅੱਜ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ, ਉਹਨਾਂ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਵੀ ਸ਼ਾਮਿਲ ਹਨ। ਮਨੀਸ਼ ਤਿਵਾੜੀ ਦੇ ਸਵਾਗਤੀ ਸਮਾਗਮ ਦੇ ਵਿੱਚ ਨਹੀਂ ਆਏ ਇਹ ਆਗੂ। ਨਾਲ ਦੇ ਨਾਲ ਦੱਸ ਦਈਏ ਕਿ ਇਹ 40 ਆਗੂ ਸੋਮਵਾਰ ਨੂੰ ਕਰਵਾਏ ਮਨੀਸ਼ ਤਿਵਾੜੀ ਦੇ ਸਵਾਗਤ ਸਮਾਰੋਹ ਦੇ ਵਿੱਚ ਵੀ ਨਹੀਂ ਆਏ, ਭਾਵੇਂ ਪਾਰਟੀ ਨੇ ਇਹਨਾਂ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਵੀ ਇਸ ਸਵਾਗਤੀ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਏ, ਜਿਨ੍ਹਾਂ ਨੂੰ ਤਿਵਾੜੀ ਵੱਲੋਂ ਨਿੱਜੀ ਤੌਰ ਤੇ ਸੱਦਿਆ ਗਿਆ ਸੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ, ਅਜਿਹੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ। ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਜਿਹੜਾ ਮਨੀਸ਼ ਤਿਵਾੜੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਕਾਫੀ ਜ਼ਿਆਦਾ ਭਰਵਾਂ ਸਵਾਗਤ ਕੀਤਾ ਗਿਆ ਸੀ। ਢੋਲ ਦੀ ਥਾਪ ਦੇ ਉੱਤੇ ਕਾਂਗਰਸ ਨੱਚਦੇ ਹੋਏ ਨਜ਼ਰ ਆਏ ਸੀਗੇ, ਗੁਲਦਸਤੇ ਦਿੱਤੇ ਗਏ, ਫੁੱਲਾਂ ਦੀ ਵਰਖਾ ਕੀਤੀ ਗਈ ਮਨੀਸ਼ ਤਿਵਾੜੀ ਉਹਨਾਂ ਦੇ ਉੱਤੇ। ਪਰ ਇਹ 40 ਆਗੂ ਤੇ ਹੋਰ ਪਵਨ ਕੁਮਾਰ ਬੰਸਲ ਜਿਹੜੇ ਨੇ ਉਹ ਉੱਥੇ ਨਜ਼ਰ ਨਹੀਂ ਆਏ, ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਹੁਣ ਜਿਹੜਾ ਆ ਤਣਾਅ ਦੇਖਿਆ ਜਾ ਸਕਦਾ, ਜਾਂ ਕਹਿ ਦਈਏ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਹੈ ਉਹ ਅਜਿਹੇ ਹਾਲਾਤ ਬਣ ਚੁੱਕੇ ਨੇ ਕਿ ਜਿੱਥੇ ਕੁਰਸੀ ਨੂੰ ਲੈ ਕੇ ਜਾਂ ਕਹਿ ਦਈਏ ਕਿ ਉਮੀਦਵਾਰ ਦੇ ਨਾਮ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਰੋਸ ਕਾਂਗਰਸ ਪਾਰਟੀ ਦੇ ਅੰਦਰ ਦਿਖਾਈ ਦੇ ਰਿਹਾ।